ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਐਮਐਸ ਰਜੂਡ ਸਟੱਡੀ ਫੋਰ ਜਵਾਬ ਦੇ ਵਿੱਚ ਜਿਵੇਂ ਕਿ ਆਪਣੀ ਸੀਰੀ ਚੱਲ ਰਹੀ ਸੀ ਪੰਜਾਬੀ ਪੈਡਾਗੋਜੀ ਦੇ ਕੁਸਚਨਾਂ ਨਾਲ ਅੱਜ ਤੁਹਾਨੂੰ ਇੱਕ ਵੀਡੀਓ ਪਾਈ ਸੀ ਜਿਸ ਦੇ ਵਿੱਚ ਤੁਹਾਨੂੰ ਪੰਜਾਬੀ ਪੈਡਾਗੋਜੀ ਦੇ 20 ਕੁਸਚਨ ਦੇਖਣ ਨੂੰ ਮਿਲੇ ਸੀ ਸੋ ਆਓ ਅੱਜ ਕਰਦੇ ਆਂ ਅੱਜ ਦੀ ਨੈਕਸਟ ਵੀਡੀਓ ਜਿਸ ਦੇ ਵਿੱਚ ਤੁਹਾਨੂੰ ਅਗਲੇ ਕੁਸਚਨ ਵੇਖਣ ਨੂੰ ਮਿਲਣਗੇ ਉਹਦਾ ਫਰਸਟ ਕੁਸਚਨ ਹੈ ਅਧਿਆਪਕਨ ਦੇ ਵਿੱਚ ਸ਼ਾਮਿਲ ਹੈ ਅਧਿਆਪਕਨ ਦੇ ਵਿੱਚ ਸ਼ਾਮਿਲ ਹੈ ਪਰੋੜ ਵਿਅਕਤੀ ਪਰੋੜ ਵਿਅਕਤੀ ਦੋਵੇਂ ਤਰ੍ਹਾਂ ਦੇ ਵਿਅਕਤੀ ਇਹਨਾਂ ਵਿੱਚੋਂ ਕੋਈ ਵੀ ਨਹੀਂ ਅਧਿਆਪਨ ਦੇ ਵਿੱਚ ਕਿਸ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ ਇਸ ਕੁਸ਼ਨ ਦਾ ਜੋ ਰਾਈਟ ਆਨਸਰ ਆਊਗਾ ਜੀ ਆਪਰੋ ਹੋਊਗਾ ਨੰਬਰ 3 ਦੋਵੇਂ ਤਰ੍ਹਾਂ ਦੇ ਵਿਅਕਤੀ ਅਧਿਆਪਨ ਦੇ ਵਿੱਚ ਆਪਰੋੜ ਤੇ ਪਰੋੜ ਵਿਅਕਤੀ ਦੋਵੇਂ ਤਰ੍ਹਾਂ ਦੇ ਹੋ ਸਕਦੇ ਨੇ ਨੈਕਸਟ ਅਧਿਆਪਨ ਹੈ ਅਧਿਆਪਨ ਹੈ ਦੋ ਤਰੂਵੀ ਪ੍ਰਕਿਰਿਆ ਇੱਕ ਤਰੂਵੀ ਪ੍ਰਕਿਰਿਆ ਤਿੰਨ ਤਰੂਵੀ ਪ੍ਰਕਿਰਿਆ ਪੰਜ ਤਰੂਵੀ ਪ੍ਰਕਿਰਿਆ ਅਧਿਆਪਨ ਕਿਸ ਤਰ੍ਹਾਂ ਦੀ ਪ੍ਰਕਿਰਿਆ ਹੈ ਇਸ ਕੁਸਚਨ ਦਾ ਜੋ ਰਾਈਟ ਆਨਸਰ ਆਊਗਾ ਜੀ ਆਪਣਾ ਉਹ ਆਊਗਾ ਨੰਬਰ 3 ਤਿੰਨ ਧਰੂਵੀ ਪ੍ਰਕਿਰਿਆ ਕਿਉਂਕਿ ਇਹ ਵਿਧਿਆਪਨ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਬਹੁਤ ਕਾਮਨ ਜਿਹਾ ਕੁਸਚਨ ਹੈ ਜਿਵੇਂ ਕਿ ਇੱਕ ਪਾਸੇ ਇੱਕ ਟੀਚਰ ਹੁੰਦਾ ਜੋ ਬੱਚੇ ਨੂੰ ਪੜਾ ਰਿਹਾ ਇੱਕ ਪਾਸੇ ਟੀਚਰ ਇੱਕ ਪਾਸੇ ਸਟੂਡੈਂਟ ਤੇ ਇੱਕ ਪਾਸੇ এনवायरमेंट ਇਸੇ ਕਰਕੇ ਦੇ ਆਪਾਂ ਨੂੰ ਤਿੰਨ ਧਰੂਵੀ ਪ੍ਰਕਿਰਿਆ ਕਿਹਾ ਜਾਂਦਾ ਹੈ ਨੈਕਸਟ ਆਧਿਆਪਨ ਹੈ ਉਦੇ ਆਪਨ ਕੀ ਹੈ ਯੋਜਨਾਬੱਧ ਕਾਰਜ ਪ੍ਰਣਾਲੀ ਗੈਰ ਯੋਜਨਾਬੱਧ ਕਾਰਜ ਪ੍ਰਣਾਲੀ ਤੰਗ ਕਾਰਜ ਪ੍ਰਣਾਲੀ ਵਿਸ਼ਾਲ ਕਾਰਜ ਪ੍ਰਣਾਲੀ ਇਸ ਰਾਹ ਕੁਸਚਨ ਦਾ ਜੋ ਰਾਈਟ ਆਨਸਰ ਆਊਗਾ ਜੀ ਆਪਣਾ ਉਹ ਆਊਗਾ ਨੰਬਰ 1 ਯੋਜਨਾਬੱਧ ਪ੍ਰਣਾਲੀ ਕਿਉਂਕਿ ਇਹਦੇ ਆਪਾਂ ਨੂੰ ਬਿਨਾ ਯੋਜਨਾ ਤੋਂ ਨਹੀਂ ਕਰਵਾਇਆ ਜਾ ਸਕਦਾ ਇਹ ਤਾਂ ਨਹੀਂ ਹੁੰਦਾ ਕਿ ਅੱਜ ਆਪਾਂ ਨੂੰ ਜਿਵੇਂ ਟੀਚਰ ਨੇ ਸ਼ੁਰੂ ਕਰਵਾਇਆ ਚ ਚਾਕੇ ਪਹਿਲਾ ਪਹਿਲਾ ਲੈਸਨ ਕਰਵਾਤਾ ਕਰਨੂ ਜਾ ਕੇ ਤੀਸਰਾ ਚੌਥਾ ਕਰਵਾ ਦੇਣਗੇ ਇਹ ਨਹੀਂ ਹੁੰਦਾ ਇੱਕ ਸੀਰੀਜ਼ ਦੇ ਵਿੱਚ ਜਾ ਕੇ ਅਧਿਆਪਕ ਨੂੰ ਕਰਵਾਇਆ ਜਾਂਦਾ ਹੈ ਜਿਸ ਦੇ ਨਾਲ ਬੱਚਾ ਨੂੰ ਪੜ੍ਹਨ ਦੇ ਵਿੱਚ ਬਹੁਤ ਜ਼ਿਆਦਾ ਆਸਾਨੀ ਹੁੰਦੀ ਹੈ ਤੇ ਜਿਹੜਾ ਸੀਰੀਅਲ ਵਾਈ ਟੌਪਿਕ ਚੱਲਦਾ ਉਹ ਬੱਚਿਆਂ ਦੀ ਸਮਝ ਦੇ ਵਿੱਚ ਵੀ ਜ਼ਿਆਦਾ ਆਉਂਦਾ ਹੈ। ਨੈਕਸਟ ਅਧਿਆਪਕਾ ਨੇ ਬੱਚੇ ਨੂੰ ਡੈਸ਼ ਬਣਾਉਣ ਵਿੱਚ ਸਹਾਇਤਾ ਕਰਦਾ ਹੈ ਸਿਆਣਾ ਪ੍ਰਭਾਵਸ਼ਾਲੀ ਯੋਗ ਪ੍ਰਭਾਵਸ਼ਾਲੀ ਅਤੇ ਯੋਗ ਅਧਿਆਪਕਾ ਨੇ ਬੱਚੇ ਨੂੰ ਡੈਸ਼ ਬਣਾਉਣ ਦੇ ਵਿੱਚ ਸਹਾਇਤਾ ਕਰਦਾ ਹੈ ਇਸ ਕੁਸ਼ਨ ਦਾ ਜੋ ਰਾਈਟ ਆਨਸਰ ਆਊਗਾ ਉਹ ਹੋਊਗਾ ਨੰਬਰ 4 ਪ੍ਰਭਾਵਸ਼ਾਲੀ ਅਤੇ ਯੋਗ ਨੈਕਸਟ ਅਦੇ ਆਪਨ ਵਿਕਾਸ ਲਿਆਉਂਦਾ ਹੈ ਬੱਚੇ ਵਿੱਚ ਕਿਸ਼ੋਰ ਵਿੱਚ ਬਾਲਗ ਵਿੱਚ ਇਹਨਾਂ ਸਾਰਿਆਂ ਦੇ ਵਿੱਚ ਬਹੁਤ ਕਾਮਨ ਕੁਸਚਨ ਹੈ ਇਹ ਅਦੇ ਆਪਨ ਵਿਕਾਸ ਲਿਆਉਂਦਾ ਹੈ ਇਸ ਕੁਸਚਨ ਦਾ ਰਾਈਟ ਆਨਸਰ ਹੋ ਨੰਬਰ 4 ਕਿਉਂਕਿ ਅਦੇ ਆਪਨ ਬੱਚੇ ਲਈ ਵੀ ਉਹੀ ਹੈ ਕਿਸ਼ੋਰ ਲਈ ਵੀ ਉਹੀ ਹੈ ਬਾਲਗ ਲਈ ਵੀ ਉਹੀ ਹੈ ਇਹ ਸਾਰਿਆਂ ਦੇ ਵਿਕਾਸ ਦੇ ਵਿੱਚ ਸਹਾਇਤਾ ਕਰਦਾ ਹੈ ਨੈਕਸਟ ਰਸਮੀ ਗੈਰ ਰਸਮੀ ਸਿੱਖਿਆ ਸ਼ੁਰੂ ਹੁੰਦੀ ਹੈ ਗੈਰ ਰਸਮੀ ਸਿੱਖਿਆ ਸ਼ੁਰੂ ਹੁੰਦੀ ਹੈ ਬੱਚੇ ਦੇ ਸਕੂਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਬੱਚੇ ਦੇ ਸਕੂਲ ਵਿੱਚ ਦਾਖਲ ਹੋਣ ਤੋਂ ਬਾਅਦ ਬੱਚੇ ਦੇ ਸਕੂਲ ਛੱਡਣ ਤੋਂ ਬਾਅਦ ਉਪਰੋਕਤਕ ਵਿੱਚੋਂ ਕੋਈ ਵੀ ਨਹੀਂ ਇਸ ਕੁਸ਼ਨ ਦਾ ਜੋ ਰਾਈਟ ਆਨਸਰ ਆਊਗਾ ਜੀ ਆਪਣਾ ਉਹ ਨੰਬਰ 1 ਬੱਚੇ ਦੇ ਸਕੂਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਨੈਕਸਟ ਰਸਮੀ ਸਿੱਖਿਆ ਦਿੱਤੀ ਜਾਂਦੀ ਹੈ ਘਰ ਵਿੱਚ ਸਮਾਜ ਵਿੱਚ ਸਕੂਲ ਵਿੱਚ ਪੱਤਰ ਵਿਹਾਰ ਵਿਭਾਗ ਵਿੱਚ ਰਸਮੀ ਸਿੱਖਿਆ ਕਿਸ ਦੇ ਦੁਆਰਾ ਦਿੱਤੀ ਜਾਂਦੀ ਹੈ ਇਸ ਕੋਸ ਨੂੰ ਸਮਝੋ ਰਾਈਟ ਆਨਸਰ ਹੋਊਗਾ ਜੀ ਆਪਣਾ ਉਹ ਆਊਗਾ ਨੰਬਰ 3 ਸਕੂਲ ਦੇ ਵਿੱਚ ਨੈਕਸਟ ਗੈਰ ਰਸਮੀ ਸਿੱਖਿਆ ਤੋਂ ਭਾਵ ਹੈ ਗੈਰ ਰਸਮੀ ਸਿੱਖਿਆ ਤੋਂ ਕੀ ਭਾਵ ਹੈ ਗੈਰ ਯੋਜਨਾਬੱਧ ਸਿੱਖਿਆ ਪ੍ਰਣਾਲੀ ਕਾਲ ਦੇ ਵਿੱਚ ਸਿੱਖਿਆ ਦੂਰ ਵਰਤੀ ਏਜੰਸੀਆਂ ਰਾਹੀਂ ਸਿੱਖਿਆ ਯੂਨੀਵਰਸਿਟੀ ਦੇ ਵਿੱਚ ਸਿੱਖਿਆ ਇਸ ਕੁਸਚਨ ਦਾ ਜਿਹੜਾ ਆਪਣਾ ਰਾਈਟ ਆਨਸਰ ਆਊਗਾ ਜੀ ਆਪਾਂ ਉਹ ਆਊਗਾ ਨੰਬਰ 3 ਦੂਰ ਵਰਤੀ ਏਜੰਸੀਆਂ ਰਾਹੀਂ ਸਿੱਖਿਆ ਕਿਉਂਕਿ ਜਿਹੜੀ ਗੈ ਰਸਮੀ ਸਿੱਖਿਆ ਹੁੰਦੀ ਹੈ ਜੋ ਜਿਹੜੀ ਓਪਨ ਯੂਨੀਵਰਸਿਟੀਆਂ ਹੁੰਦੀਆਂ ਨੇ ਉਸ ਦੇ ਦੁਆਰਾ ਗੱਲ ਕੀਤੀ ਗਈ ਹੈ ਇੱਥੇ ਨੈਕਸਟ ਅਧਿਆਪਨ ਹੈ ਕਲਾ ਵਿਗਿਆਨ ਇੱਕ ਜਾਂ ਦੋ ਦੋਵੇਂ ਇਹਨਾਂ ਵਿੱਚੋਂ ਕੋਈ ਵੀ ਨਹੀਂ ਅਧਿਆਪਨ ਨੂੰ ਆਪਾਂ ਕਿਸ ਦੇ ਵਿੱਚ ਗਿਣ ਸਕਦੇ ਹਾਂ ਇਸ ਕੁਐਸਚਨ ਦਾ ਜੇ ਆਪਣਾ ਰਾਈਟ ਆਨਸਰ ਆਊਗਾ ਜੀ ਆਪ ਕੋ ਆਊਗਾ ਨੰਬਰ 1 ਕਲਾ ਅਧਿਆਪਨ ਇੱਕ ਕਲਾ ਹੈ ਨੈਕਸਟ ਵਧੀਆ ਅਧਿਆਪਨ ਵਿਕਾਸ ਕਰਦਾ ਹੈ ਵਧੀਆ ਅਧਿਆਪਨ ਵਿਕਾਸ ਕਰਦਾ ਹੈ ਭਾਵਨਾਤਿਕ ਪਰਉੜਤਾ ਦਾ ਭਾਵਨਾਤਿਕ ਮਸਤਿਰਤਾ ਦਾ ਭਾਵਨਾਤਿਕ ਤਣਾਅ ਦਾ ਜਾਂ ਬੰਦਸ਼ਾਂ ਦਾ ਇਸ ਕੁਸਚਨ ਦਾ ਜੋ ਆਪਣਾ ਰਾਈਟ ਆਨਸਰ ਆਊਗਾ ਜੀ ਉਹ ਆਊਗਾ ਨੰਬਰ 1 ਭਾਵਨਾਤਮਕ ਪਰਉੜਤਾ ਦਾ ਨੈਕਸਟ ਵਧੀਆ ਅਧਿਆਪਨ ਵਿਕਾਸ ਕਰਦਾ ਹੈ ਵਧੀਆ ਅਧਿਆਪਨ ਵਿਕਾਸ ਕਰਦਾ ਹੈ ਦੋਨੇ ਇੱਕੋ ਜਿਹੇ ਕੁਸਚਨ ਨੇ ਇਥੇ ਭਾਵਨਾਤਮਕ ਪ੍ਰੋੜਤਾ ਦੀ ਗੱਲ ਕੀਤੀ ਗਈ ਹੈ ਇਥੇ ਇਹ ਵਧੀਆ ਅਧਿਆਪਨ ਵਿਕਾਸ ਕਰਦਾ ਹੈ ਰੁਚੀਆਂ ਦਾ ਵਤੀਰੇ ਦਾ ਵਿਅਕਤੀਗਤ ਵਿਅਕਤੀਤਵ ਦਾ ਜਾਂ ਰੁਝਾਨ ਦਾ ਇਸ ਕੁਸਚਨ ਦਾ ਜੋ ਰਾਈਟ ਆਨਸਰ ਹੋਊਗਾ ਉਹ ਆਪਣਾ ਉਹ ਨੰਬਰ 3 ਕਿਉਂਕਿ ਇੱਕ ਜੋ ਵਧੀਆ ਅਧਿਆਪਨ ਹੁੰਦਾ ਹੈ ਉਹ ਵਿਅਕਤੀਤਵ ਦਾ ਵੀ ਵਿਕਾਸ ਕਰਦਾ ਹੈ ਅਧਿਆਪਨ ਦੇ ਨਾਲ ਹੀ ਬੱਚੇ ਨੂੰ ਪਤਾ ਲੱਗਦਾ ਹੈ ਵੀ ਵਿਅਕਤੀਤਵ ਸਾਡਾ ਕੀ ਹੈ ਵੀ ਜਿਹੜੀ ਇੱਕ ਅਸਲੀ ਸਿੱਖਿਆ ਹੁੰਦੀ ਹੈ ਵਧੀਆ ਸਿੱਖਿਆ ਹੁੰਦੀ ਹੈ ਉਹ ਬੱਚੇ ਨੂੰ ਇੱਕ ਸਹੀ ਵਿਅਕਤੀ ਬਣਾ ਕੇ ਸਮਾਜ ਦੇ ਵਿੱਚ ਵਿਛਣ ਦਾ ਮੌਕਾ ਦਿੰਦੀ ਹੈ। ਨੈਕਸਟ ਦੂਰਵਰਤੀ ਸਿੱਖਿਆ ਤੋਂ ਭਾਵ ਹੈ ਦੂਰੀ ਤੋਂ ਪੜਾਉਣਾ ਪੱਤਰ ਵਿਹਾਰ ਰਹੀ ਧਿਆਨ ਪੜਾਉਣ ਦੇ ਸਮਾਨ ਦੀ ਵਿਵਸਥਾ ਇੱਕ ਪੱਖੀ ਸਿੱਖਿਆ ਦੂਰਵਰਤੀ ਸਿੱਖਿਆ ਤੋਂ ਕੀ ਭਾਵ ਹੈ ਇਸ ਕੁਸ਼ਨ ਦਾ ਜੋ ਰਾਈਟ ਆਨਸਰ ਹੋਊਗਾ ਜੀ ਆਪਣਾ ਹੋਊਗਾ ਨੰਬਰ 2 ਪੱਤਰ ਵਿਹਾਰ ਰਹੀ ਧਿਆਨ ਨੈਕਸਟ ਦੂਰਵਰਤੀ ਸਿੱਖਿਆ ਦੇ ਬਾਰੇ ਹੇਡ ਲਿਖਿਆਂ ਵਿੱਚੋਂ ਕਿਹੜਾ ਠੀਕ ਨਹੀਂ ਹੈ ਦੂਰਵਰਤੀ ਸਿੱਖਿਆ ਦੇ ਬਾਰੇ ਹੇਡ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ ਆਮਨੇ ਸਾਹਮਣੇ ਦੀ ਸੰਬੰਧਤਾ ਪ੍ਰਮਾਣ ਪੱਤਰ ਦੀ ਵਿਵਸਥਾ ਪਰਸਪਰ ਕਾਰਜ ਕਰਮਾ ਦੀ ਇਦਾਂ ਹੋਣਾ ਪ੍ਰੀਖਿਆਵਾਂ ਦਾ ਹੋਣਾ ਇਸ ਕੁਸਚਨ ਦਾ ਜੋ ਰਾਈਟ ਆਨਸਰ ਆਊਗਾ ਜੀ ਉਹ ਆਊਗਾ ਨੰਬਰ 1 ਆਮਨੇ ਸਾਹਮਣੇ ਦੀ ਸੰਬੰਧਤਾ ਦੂਰਵਰਤੀ ਸਿੱਖਿਆ ਦੇ ਬਾਰੇ ਹੇਡ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ ਆਮਨੇ ਸਾਹਮਣੇ ਦੀ ਸੰਬੰਧਤਾ ਨੈਕਸਟ ਦੂਰਵਰਤੀ ਸਿੱਖਿਆ ਢੰਗ ਹੈ ਦੂਰਵਰਤੀ ਸਿੱਖਿਆ ਢੰਗ ਹੈ ਇਸ ਕੁਸਚਨ ਦਾ ਜੋ ਰਾਈਟ ਆਨਸਰ ਆਊਗਾ ਜੀ ਆਪਣਾ ਉਹ ਆਊਗਾ ਨੰਬਰ 3 ਗੈਰ ਰਸਮੀ ਸਿੱਖਿਆ ਦਾ ਗੈਰ ਰਸਮੀ ਸਿੱਖਿਆ ਦਾ ਨੈਕਸਟ ਇੱਕ ਅਧਿਆਪਕ ਦੇ ਤੌਰ ਤੇ ਤੁਸੀਂ ਅਧਿਆਪਨ ਦਾ ਕਿਹੜਾ ਢੰਗ ਅਪਣਾਉਣ ਨੂੰ ਤਰਜੀਹ ਦਿਓਗੇ ਲੈਕਚਰ ਪ੍ਰਦਰਸ਼ਨ ਪ੍ਰਸ਼ਨ ਉੱਤਰ ਪ੍ਰਣਾਲੀ ਪ੍ਰੋਜੈਕਟ ਦਾ ਤਰੀਕਾ ਇੱਕ ਅਧਿਆਪਕ ਦੇ ਤੌਰ ਤੇ ਤੁਸੀਂ ਅਧਿਆਪਨ ਦਾ ਕਿਹੜਾ ਢੰਗ ਅਪਣਾਉਣ ਨੂੰ ਤਰਸੀਹ ਦਿਓਗੇ ਜਾਂ ਉਹਨੂੰ ਅਪਣਾਉਂਗੇ ਇਸ ਕੁਸਚਨ ਦਾ ਜੋ ਆਪਣਾ ਰਾਈਟ ਆਨਸਰ ਆਊਗਾ ਜੀਵ ਹੋਗਾ ਨੰਬਰ 4 ਪ੍ਰੋਜੈਕਟ ਦਾ ਤਰੀਕਾ ਨੈਕਸਟ ਵਿਦਿਆਰਥੀ ਨੂੰ ਕਲਾਸ ਵਿੱਚ ਕਿਰਿਆਸ਼ੀਲ ਤੇ ਸੁਚੇਤ ਕੀ ਕਰਦਾ ਹੈ ਵਿਦਿਆਰਥੀ ਨੂੰ ਕਲਾਸ ਦੇ ਵਿੱਚ ਕਿਰਿਆਸ਼ੀਲ ਅਤੇ ਸੁਚੇਤ ਕੀ ਕਰਦਾ ਹੈ ਪ੍ਰਭਾਵਸ਼ਾਲੀ ਲੈਕਚਰ ਪੇਸ਼ਕਾਰੀ ਵਿੱਚ ਪਿੰਨਤਾ ਉਦਾਹਰਨਾਂ ਰੰਗਦਾਰ ਰੇਖਾ ਚਿੱਤਰ ਇਸ ਕੁਸਚਨ ਦਾ ਜੇ ਆਪਣਾ ਰਾਈਟ ਆਨਸਰ ਆਊਗਾ ਜੀ ਉਹ ਆਊਗਾ ਨੰਬਰ 2 ਪੇਸ਼ਕਾਰੀ ਦੀ ਪੇਸ਼ਕਾਰੀ ਵਿੱਚ ਪਿੰਨਤਾ ਨੈਕਸਟ ਕਲਾਸ ਵਿੱਚ ਪਾਠ ਪੜਾਉਣ ਤੋਂ ਬਾਅਦ ਪੁੱਛੇ ਗਏ ਸਵਾਲ ਦਾ ਸਹੀ ਉੱਤਰ ਕੋਈ ਵੀ ਨਹੀਂ ਦਿੰਦਾ ਤੁਸੀਂ ਕੀ ਪ੍ਰਤੀਕਿਰਿਆ ਕਰੋਗੇ ਕਲਾਸ ਵਿੱਚ ਕੋਈ ਵੀ ਲੈਸਨ ਕਰਾਉਣ ਤੋਂ ਬਾਅਦ ਜਦੋਂ ਅਸੀਂ ਬੱਚੇ ਨੂੰ ਕੋਈ ਸਵਾਲ ਪੁੱਛੀ ਜਾਂਦਾ ਤਾਂ ਉਹਨਾਂ ਵਿੱਚ ਅਕਸਰ ਹੁੰਦੀ ਹੈ ਕਿ ਕੋਈ ਬੱਚਾ ਸਹੀ ਜਵਾਬ ਨਹੀਂ ਦੇ ਸਕਦਾ ਤਾਂ ਤੁਹਾਡੀ ਉਸ ਦੇ ਪ੍ਰਤੀ ਕੀ ਪ੍ਰਤੀਕਿਰਿਆ ਹੋਵੇਗੀ ਸਾਰੀ ਕਲਾਸ ਤੇ ਚਿਲਾਉਂਗੇ ਨਜ਼ਰ ਅੰਦਾਜ਼ ਕਰੋਗੇ ਉਹਨਾਂ ਨੂੰ ਯਾਦ ਕਰਨ ਲਈ ਕਹੋਗੇ ਅਧਿਆਪਨ ਦੇ ਢੰਗ ਤੇ ਪੁਨਰ ਵਿਚਾਰ ਕਰਕੇ ਇਸ ਦੀ ਦੁਬਾਰਾ ਵਿਆਖਿਆ ਕਰੋਗੇ ਬਹੁਤ ਕਾਮਨ ਕੁਐਸਚਨ ਹੈ ਜੀ ਇਸ ਕੁਐਸਚਨ ਦਾ ਜੋ ਰਾਈਟ ਆਨਸਰ ਆਊਗਾ ਆਪਣਾ ਉਹ ਆਊਗਾ ਨੰਬਰ 4 ਕਿਉਂਕਿ ਆਪਣਾ ਇਹ ਨਹੀਂ ਹੁੰਦਾ ਹੈਗਾ ਵੀ ਜੇ ਆਪਾਂ ਕੋਈ ਬੱਚੇ ਨੂੰ ਚੀਜ਼ ਸਿਖਾ ਰਹੇ ਤਾਂ ਬੱਚਾ ਪਹਿਲੀ ਵਾਰ ਦੇ ਵਿੱਚ ਸਿੱਖ ਜਾਊਗਾ ਕਿਉਂਕਿ ਜੇਕਰ ਕਿਸੇ ਬੱਚੇ ਨੂੰ ਕੋਈ ਚੀਜ਼ ਨਹੀਂ ਆ ਰਹੀ ਤਾਂ ਉੱਥੇ ਟੀਚਰ ਫੇਲ ਹੈ ਬੱਚੇ ਦੀ ਕੋਈ ਗਲਤੀ ਨਹੀਂ ਹੈਗੀ ਤਾਂ ਇਸ ਦੇ ਵਿੱਚ ਕਮੀ ਆਪਣੀ ਹੋਊਗੀ ਤਾਂ ਇਸ ਕੁਸ਼ਨ ਦਾ ਜੋ ਰਾਈਟ ਆਨਸਰ ਆਊਗਾ ਉਹ ਆਊਗਾ ਨੰਬਰ 4 ਅਧਿਆਪਕਾਂ ਦੇ ਢੰਗ ਤੇ ਪੁਨਰ ਵਿਚਾਰ ਕਰਾਂਗੇ ਆਪਾਂ ਦੁਬਾਰਾ ਤੇ ਇਸ ਦੇ ਦੁਆਰਾ ਵਿਆਖਿਆ ਕਰਾਂਗੇ ਕਿ ਸਾਥੋਂ ਕਿੱਥੇ ਗਲਤੀ ਹੋਈ ਹੈ ਕਿ ਕਿਉਂ ਬੱਚੇ ਜਵਾਬ ਨਹੀਂ ਦੇ ਰਹੇ ਨੈਕਸਟ ਆਪਣੀ ਕਲਾਸ ਵਿੱਚ ਹੌਲੀ ਸਿੱਖਣ ਵਾਲੇ ਨਾਲ ਤੁਸੀਂ ਕਿਸ ਤਰ੍ਹਾਂ ਦਾ ਵਿਹਾਰ ਕਰੋਗੇ ਆਪਣੀ ਕਲਾਸ ਦੇ ਵਿੱਚ ਜੋ ਸਲੋ ਲਰਨਰ ਬੱਚੇ ਹੁੰਦੇ ਨੇ ਉਹਨਾਂ ਨਾਲ ਤੁਸੀਂ ਕਿਸ ਤਰ੍ਹਾਂ ਦਾ ਵਿਹਾਰ ਕਰੋਗੇ ਉਸ ਨੂੰ ਨਜ਼ਰਅੰਦਾਜ਼ ਕਰੋਗੇ ਉਸ ਨੂੰ ਵਧੇਰੇ ਹੋਮਵਰਕ ਦਿਓਗੇ ਉਸ ਨੂੰ ਮਾਰੋਗੇ ਉਸ ਨਾਲ ਮਨੋਵਿਗਿਆਨਿਕ ਰੂਪ ਵਿੱਚ ਵਿਹਾਰ ਕਰੂੰਗੀ ਇਸ ਕੁਸ਼ਨ ਦਾ ਜੇ ਆਪਣਾ ਰਾਈਟ ਆਨਸਰ ਆਊਗਾ ਜੋ ਨੰਬਰ 4 ਉਸ ਨਾਲ ਮਨੋਵਿਗਿਆਨਿਕ ਰੂਪ ਵਿੱਚ ਵਿਹਾਰ ਕਰੂੰਗੀ ਕਿਉਂਕਿ ਅੱਜ ਕੱਲ ਦੇ ਜਨਰੇਸ਼ਨ ਦੇ ਵਿੱਚ ਜੋ ਹੁਣ ਐਕਟ ਪਾਸ ਹੋਇਆ ਉਸ ਦੇ ਵਿੱਚ ਕਿਸੇ ਵੀ ਬੱਚੇ ਨੂੰ ਅਸੀਂ ਸਰੀਰਕ ਤੌਰ ਤੇ ਕੋਈ ਵੀ ਸਜ਼ਾ ਨਹੀਂ ਦੇ ਸਕਦੇ ਸੋ ਸਾਨੂੰ ਖੁਦ ਦੇ ਵਤੀਰੇ ਦੇ ਵਿੱਚ ਖੁਦ ਹੀ ਟੀਚਿੰਗ ਦੇ ਵਿੱਚ ਇਹੀ ਚੇਂਜ ਕਰਨਾ ਪਊਗਾ ਕਿ ਬੱਚਿਆਂ ਦੇ ਅਕੋਰਡਿੰਗ ਅਸੀਂ ਇਸ ਤਰ੍ਹਾਂ ਪੜਾਈਏ ਕਿ ਬੱਚਾ ਨੂੰ ਸਭ ਤੋਂ ਜ਼ਿਆਦਾ ਵਧੀਆ ਜੋ ਢੰਗ ਲੱਗੇ ਉਸ ਦੇ ਦੁਆਰਾ ਅਸੀਂ ਪੜਾਈਏ ਤੇ ਬੱਚਾ ਨੂੰ ਸਹੀ ਸਮਝ ਦੇ ਵਿੱਚ ਆਵੇ ਸੋ ਅਸੀਂਸ ਬੱਚੇ ਨਾਲ ਮਨੋਵਿਗਿਆਨਿਕ ਰੂਪ ਦੇ ਵਿੱਚ ਵਿਹਾਰ ਕਰਾਂਗੇ ਨੈਕਸਟ ਅਧਿਆਪਨ ਸਿੱਖਣ ਪ੍ਰਣਾਲੀ ਦਾ ਸਭ ਤੋਂ ਮਹੱਤਵਪੂਰਨ ਤੱਤ ਹੈ ਅਧਿਆਪਨ ਸਿੱਖਣ ਪ੍ਰਣਾਲੀ ਦਾ ਸਭ ਤੋਂ ਮਹੱਤਵਪੂਰਨ ਤੱਤ ਕਿਹੜਾ ਹੈ ਸਿੱਖਿਆਰਤੀ ਪੁਸਤਕਾਂ ਸ਼ਰੀਰਿਕ ਸੁਵਿਧਾਵਾਂ ਪਾਠਕ੍ਰਮ ਇਸ ਕੁਐਸਚਨ ਦਾ ਜੋ ਰਾਈਟ ਆਨਸਰ ਆ ਉਹ ਨੰਬਰ 1 ਸਿੱਖਿਆਰਤੀ ਅਧਿਆਪਨ ਸਿੱਖਣ ਪ੍ਰਣਾਲੀ ਦਾ ਸਭ ਤੋਂ ਮਹੱਤਵਪੂਰਨ ਤੱਤ ਵਿਦਿਆਰਥੀ ਹੋ ਸਕਦੇ ਨੇ ਜਿਨ੍ਹਾਂ ਨੂੰ ਅਸੀਂ ਪੜ੍ਹਾਵਾਂਗੇ ਨੈਕਸਟ ਜੇਕਰ ਕੋਈ ਵਿਦਿਆਰਥੀ ਤੁਹਾਡੇ ਕੋੜੂ ਕਲਾਸ ਵਿੱਚ ਪ੍ਰਸ਼ਨ ਪੁੱਛਦਾ ਹੈ ਤਾਂ ਤੁਸੀਂ ਉਸ ਨੂੰ ਕਲਾਸ ਤੋਂ ਬਾਅਦ ਆਪਣੇ ਕੋਲ ਆਉਣ ਲਈ ਕਹੋਗੇ ਇਹ ਕਹਿ ਕੇ ਮੂਰਖ ਦਾ ਪੂਰਨ ਪ੍ਰਸ਼ਨ ਹੈ ਕਿ ਉਸ ਨੂੰ ਮੈਂ ਉਤਸ਼ਾਹਿਤ ਕਰੂੰਗੀ ਉਸ ਦੇ ਉਦਮ ਦੀ ਸਹਿਾਰਨਾ ਕਰੋਗੇ ਤੇ ਉਸ ਦੀ ਵਿਆਖਿਆ ਕਰੋਗੇ ਕਿਸੇ ਹੋਰ ਵਿਦਿਆਰਥੀ ਨੂੰ ਉੱਤਰ ਦੇਣ ਲਈ ਕਹੋਗੇ ਬਹੁਤ ਕਾਮਨ ਗੱਲ ਹੈ ਅਸੀਂ ਕੱਲ ਨੂੰ ਟੀਚਰ ਬਣਨ ਜਾ ਰਹੇ ਹਾਂ ਜਿਵੇਂ ਸਾਰੇ ਬੱਚੇ ਪੀਐਸਟੈਡ ਦੀ ਤਿਆਰੀ ਕਰ ਰਹੇ ਨੇ ਸੋ ਕੱਲੋਂ ਤੁਸੀਂ ਵੀ ਟੀਚਰ ਬਣੋਗੇ ਤੇ ਇੱਕ ਕੁਐਸਚਨ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜੇਕਰ ਕੋਈ ਬੱਚਾ ਤੁਹਾਡੇ ਕੋਲ ਕਲਾਸ ਵਿੱਚ ਕੋਈ ਕੁਐਸਚਨ ਪੁੱਛਦਾ ਜਿਵੇਂ ਤੁਸੀਂ ਕੋਈ ਲੈਸਨ ਕਰਵਾ ਰਹੇ ਹੋ ਤਾਂ ਉਸ ਨੂੰ ਕਿਸ ਤਰ੍ਹਾਂ ਤੁਸੀਂ ਹੈਂਡਲ ਕਰੋਗੇ ਇਸ ਕੁਐਸਚਨ ਦਾ ਜੋ ਰਾਈਟ ਆਨਸਰ ਆਊਗਾ ਆਪਣਾ ਆਰਗ ਨੰਬਰ 3 ਉਸ ਦੇ ਉਦਮ ਦੀ ਸਹਾਇਨਾ ਕਰੋਗੇ ਅਤੇ ਉਸ ਦੀ ਵਿਆਖਿਆ ਕਰੋਗੇ ਸੋ ਇਸ ਦਾ ਰਾਈਟ ਆਨਸਰ ਤਿੰਨ ਆਊਗਾ ਜੀ ਸੋ ਥੈਂਕ ਯੂ ਸਾਡਿਆਂ ਦੀ ਵੀਡੀਓ ਦੇਖਣ ਲਈ ਸੋ ਬਰਤਬਤ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਸੋ ਥੈਂਕ ਯੂ